Hold on!
मंदिर का सरला जी ਆਜ਼ਾਦੀ ਦਿਹਾੜੇ ਤੇ ਜਿਹੜੇ ਸਮਾਗਮ ਜਿਹੜੇ ਸਰਹੱਦ ਤੇ ਜ਼ੀਰੋ ਲਾਈਨ ਤੇ ਹੋਏ ਨੇ ਦੇਖੋ ਮੈਂ ਸਮਝਦਾ ਕਿ ਇਹ ਅੱਜ ਸਾਡੇ ਲਈ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਔਰ ਵੈਸੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ 78ਵਾਂ ਆਜ਼ਾਦੀ ਦਿਵਸ ਹੈ ਦੇਸ਼ ਦੇ ਮਹਾਨ ਯੋਧਿਆਂ ਨੇ ਆਜ਼ਾਦੀ ਲਈ ਆਪਣੀ ਜਾਨਾਂ ਵਾਰ ਕੇ ਅਤੇ ਅੱਜ ਉਹਨਾਂ ਹੀ ਸਰਹੱਦਾਂ ਦੀ ਰਾਖੀ ਸਾਡੇ ਜਵਾਨ ਸਾਡੇ ਸੋਲਜਰਸ ਸਾਡੇ ਜਾਂਬਾਜ਼ ਨੇ ਜਿਹੜੇ ਉਹ ਕਰ ਰਹੇ ਨੇ ਮੇਰੀ ਡਿਊਟੀ ਅੱਜ ਲੱਗੀ ਸੀਗੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਵਿੱਚ ਜਿਹੜੀ ਕਿ ਪਵਿੱਤਰ ਧਰਤੀ ਹੈ ਕਿਉਂਕਿ ਇੱਥੇ ਜੋ ਇੱਕ ਲਾਈਵ ਸਮਾਧੀ ਜਿਹੜੀ 1971 ਦੀ ਵਾਰ ਦੇ ਵਿੱਚ 232 ਜਵਾਨ ਸ਼ਹੀਦ ਹੋ ਗਏ ਸੀਗੇ ਅਤੇ ਉਹਨਾਂ ਦੀ ਇੱਕ ਸਾਂਝੀ ਸਮਾਧੀ ਹੈ ਜਿਹੜੀ ਉਹ ਬਣੀ ਹੋਈ ਹੈ 82 ਜਵਾਨਾਂ ਦੀ ਮੈਂ ਸਮਝਦਾ ਕਿ ਇਹੋ ਜਿਹੀ ਸ਼ਹਾਦਤ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲਦੀ ਹੈਗੀ ਅਤੇ ਹੁਣ ਸ਼ਾਮ ਨੂੰ ਪਰਿਵਾਰ ਦੇ ਨਾਲ ਆਪਣੇ ਸਾਰੇ ਸਾਥੀਆਂ ਦੇ ਨਾਲ MLA ਸਾਹਿਬਾਨ ਦੇ ਨਾਲ ਜੋ ਰਿਟਰੀਟ ਪ੍ਰੋਗਰਾਮ ਹੁੰਦਾ ਬਾਰਡਰ ਦੇ ਉੱਪਰ ਉਹ ਦੇਖਣਾ ਹੈ ਮੈਂ ਸਮਝਦਾ ਕਿ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਔਰ ਖੁਸ਼ੀ ਦੀ ਗੱਲ ਹੈ ਔਰ ਜਿਸ ਤਰੀਕੇ ਦਾ ਜੋਸ਼ ਜਾਂਬਾਜ਼ੀ ਆਪਣੇ ਜਵਾਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਉਹ ਆਪਣੇ ਆਪ ਦੇ ਵਿੱਚ ਕਮਾਲ ਹੈ ਸਰ ਅਕਸਰ ਜਿਹੜਾ ਵਾਹਗਾ ਬਾਰਡਰ ਦਾ ਜ਼ਿਕਰ ਹੁੰਦਾ ਹੈ ਰਿਟਰੀਟ ਸੈਰਾਮਨੀ ਨੂੰ ਅੱਜ ਤੁਹਾਡਾ ਪਰਸਨਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਕਿ ਇਸ ਸਰਹੱਦ ਤੇ ਤੁਸੀਂ ਪਹੁੰਚੇ ਜੀ ਕਿਸ ਤਰ੍ਹਾਂ ਦੀ ਰਿਟਰੀਟ ਨਹੀਂ ਮੈਂ ਪਹਿਲਾਂ ਵੀ ਕਈ ਵਾਰੀ ਵਿਟਨੈਸ ਕੀਤਾ ਜੀ ਪਹਿਲਾਂ ਵੀ ਕਈ ਵਾਰੀ ਆ ਕੇ ਦੇਖਿਆ ਇੱਥੇ ਪਰ ਮੈਂ ਸਮਝਦਾ ਕਿ ਜਾਂਬਾਜ਼ੀ ਜਿਹੜੀ ਹੈਗੀ ਬਹਾਦਰੀ ਜਿਹੜੀ ਹੈਗੀ ਜੋਸ਼ ਜਿਹੜਾ ਹੈਗਾ ਦੇਸ਼ ਪ੍ਰੇਮ ਜਿਹੜਾ ਹੈਗਾ ਉਹ ਚਾਹੇ ਵਾਹਗਾ ਬਾਰਡਰ ਹੋਵੇ ਚਾਹੇ ਹੁਸੈਨੀਵਾਲਾ ਬਾਰਡਰ ਹੋਵੇ ਚਾਹੇ ਫਾਜ਼ਿਲਕਾ ਬਾਰਡਰ ਹੋਵੇ ਚਾਹੇ ਵੈਸੇ ਹੀ ਸਰਹੱਦਾਂ 'ਤੇ ਸਾਡੇ ਨੌਜਵਾਨ ਸਾਡੇ ਜਾਂਬਾਜ਼ ਜਿਹੜੇ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਇਹਦੇ ਵਿੱਚ ਕਿਤੇ ਵੀ ਕੋਈ ਕਮੀ ਨਜ਼ਰ ਨਹੀਂ ਆਉਂਦੀ ਹੈਗੀ ਹਮੇਸ਼ਾ ਹੀ ਇੱਕ ਦੂਜੇ ਤੋਂ ਵੱਧ ਕੇ ਦੇਸ਼ ਦੀ ਰੱਖਿਆ ਦੇ ਵਿੱਚ ਇਹ ਸਾਰੇ ਸਾਥੀ ਨੇ ਜਿਹੜੇ ਉਹ ਲਗਾਉਂਦੇ ਨੇ ਸੋ ਬਹੁਤ ਆਨੰਦ ਆਇਆ ਅੱਜ ਦਾ ਇਹ ਪ੍ਰੋਗਰਾਮ ਦੇਖ ਕੇ ਸਰ ਇਸ ਸਾਦਗੀ ਚੌਕੀ ਨੂੰ ਪ੍ਰਮੋਟ ਕਰਨ ਲਈ ਕੋਈ ਉਪਰਾਲਾ ਕੀਤਾ ਜਾਏ ਨਹੀਂ ਬਿਲਕੁਲ ਜੀ ਡੈਫੀਨੇਟਲੀ ਮੈਂ ਉਹੀ DC ਮੈਡਮ ਨਾਲ ਅਤੇ MLA ਸਾਹਿਬ ਨਾਲ ਗੱਲ ਕੀਤੀ ਹੈ CO ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਜੋ ਵੀ ਇੱਥੋਂ ਦੀ ਡਿਵੈਲਪਮੈਂਟ ਦੇ ਲਈ ਜ਼ਰੂਰਤ ਹੈ ਕੋਈ ਪੰਜਾਬ ਸਰਕਾਰ ਦੀ ਸਹਾਇਤਾ ਦੀ ਲੋੜ ਹੈ ਕੋਈ ਕੇਂਦਰ ਸਰਕਾਰ ਤੱਕ ਕੋਈ ਇਸ਼ੂ ਪਰਸਿਊ ਕਰਨ ਦੀ ਲੋੜ ਹੈ ਉਹ ਦੱਸਣ ਸਾਨੂੰ ਇਹ ਉਹਨੂੰ ਪੰਜਾਬ ਸਰਕਾਰ ਤੋਂ ਕਰਾਇਆ ਜਾਏਗਾ ਔਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਜਾਏਗੀ ਕੀ ਕੀਤਾ ਜਾਏ ਸਭ ਤੋਂ ਪਹਿਲਾਂ ਜੀ ਪ੍ਰਣਾਮ ਸ਼ਹੀਦਾਂ ਨੂੰ ਸਲਾਮ ਸ਼ਹੀਦਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਲੱਖ ਲੱਖ ਵਧਾਈਆਂ ਅੱਜ ਇਹ ਬਾਰਡਰ 'ਤੇ ਜੋਸ਼ ਵੇਖ ਕੇ ਅੱਜ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਹਾਂ ਕਿ ਮੈਂ ਫਾਜ਼ਿਲਕਾ ਦੀ ਪੈਦਾਇਸ਼ ਹਾਂ ਅਤੇ ਮੈਨੂੰ ਫਾਜ਼ਿਲਕਾ ਵਿੱਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਅਤੇ ਜਿਸ ਜਨੂਨ ਨਾਲ ਅੱਜ ਇਹਨਾਂ ਬੱਚਿਆਂ ਦੀ ਵੀ ਪਰਫੋਰਮੈਂਸ ਸੀ ਔਰ ਸੀ ਅੱਜ ਮੇਰੇ ਅੰਦਰ ਇੱਕ ਕਹਿੰਦੇ ਨੇ ਨਾ ਕਿ ਜੋਸ਼ ਭਰਤਾ ਇਹਨਾਂ ਨੇ ਅਤੇ ਮੈਂ ਸਾਰਿਆਂ ਨੂੰ ਬਸ ਇਹੀ ਅਪੀਲ ਕਰਾਂਗੀ ਆਪਣੇ ਨੌਜਵਾਨ ਸਾਥੀਆਂ ਨੂੰ ਮੇਰੇ ਵੀਰਾਂ ਨੂੰ ਕਿ ਆਪਾਂ ਬੁਰੇ ਕੰਮ ਤੋਂ ਬਚੀਏ ਨਸ਼ਿਆਂ ਤੋਂ ਦੂਰ ਰਹੀਏ ਤਾਂ ਕਿ ਆਪਣੇ ਜਿਹੜੇ ਸ਼ੂਰ ਵੀਰਾਂ ਨੇ ਜਿਨ੍ਹਾਂ ਨੇ ਆਪਦੀ ਸ਼ਹਾਦਤਾਂ ਦਿੱਤੀਆਂ ਆਪਾਂ ਨੂੰ ਗੁਲਾਮੀ ਦੀ ਜ਼ੰਜੀਰਾਂ ਤੋਂ ਦੂਰ ਕੀਤਾ ਉਹਨਾਂ ਦੀ
ਆਪਾਂ ਜਿਹੜੀ ਸੱਚੀ ਸ਼ਰਧਾਂਜਲੀ ਹੈ ਉਹ ਦੇ ਸਕੀਏ, ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਸੋਹਣਾ ਭਾਰਤ, ਸੋਹਣਾ ਹਿੰਦੁਸਤਾਨ ਬਣਾ ਸਕੀਏ। ਮੈਮ ਅਕਸਰ ਜਿਹੜੀ ਵਾਹਗਾ ਬਾਰਡਰ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ, ਰਿਟਰੀਟ ਸੈਰੇਮਨੀ ਦੀ ਜੇ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਮੁਕਾਬਲੇ ਵਾਹਗਾ ਦੇ ਮੁਕਾਬਲੇ ਕਿਸ ਤਰ੍ਹਾਂ ਦੇਖਦੇ? ਮੈਂ ਇੱਕ ਵਾਰੀ ਸਾਰਿਆਂ ਨੂੰ ਅਪੀਲ ਕਰਾਂਗੀ, ਪੂਰੇ ਦੇਸ਼ ਵਾਸੀਆਂ ਨੂੰ, ਕਿ ਇੱਕ ਵਾਰੀ ਆਪਦੇ ਫਾਜ਼ਿਲਕਾ ਇੰਡੋ ਪਾਕ ਬਾਰਡਰ ਜ਼ਰੂਰ ਵੇਖਣ, ਉਹਦੇ ਬਾਅਦ ਆਪਾਂ ਇਸ ਚੀਜ਼ ਬਾਰੇ ਗੱਲ ਕਰਾਂਗੇ। ਕਿਉਂਕਿ ਅੱਜ ਮੈਂ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਹਾਂ ਕਿ ਇੰਨਾ ਜੋਸ਼ ਸਾਡੇ ਜਵਾਨਾਂ ਵਿੱਚ ਵੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਕਿ ਅਸੀਂ ਅੱਜ ਜਿਹੜੇ ਇੱਥੇ ਬਾਰਡਰ 'ਤੇ ਬੈਠੇ ਨੇ, ਅਸੀਂ ਇੱਕ ਸੇਫ ਹੈਂਡਸ 'ਚ ਹੈਗੇ ਹਾਂ।